ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ, ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ। ਸਤਸੰਗਤ, ਅੱਜ ਆਪਾਂ ਜਿਹੜੀਆਂ ਬੇਨਤੀਆਂ ਨੂੰ ਸਾਂਝਾ ਕਰਨਾ ਹੈ ਪਿਆਰਿਓ, ਜਿਸ ਤਰ੍ਹਾਂ ਗੁਰੂ ਸਾਹਿਬ ਨੇ ਮਸੰਦਾਂ ਨੂੰ ਤੇਲ 'ਚ ਪਾ ਕੇ ਸਾੜਿਆ ਸੀ, ਉਸੇ ਤਰ੍ਹਾਂ ਹੀ ਇੱਕ ਕਲਾ ਵਰਤਣ ਵਾਲੀ ਹੈ। ਥੋੜ੍ਹੇ ਸਾਲਾਂ ਦੇ ਵਿੱਚ ਇਹ ਚਮਤਕਾਰ ਹੋਣਾ। ਪਾਪੀ ਬੰਦਿਆਂ ਅਤੇ ਲੀਡਰਾਂ ਨੂੰ ਇਸ ਤਰ੍ਹਾਂ ਹੀ ਜਿਹੜੀ ਹੈ ਸਜ਼ਾ ਮਿਲੇਗੀ, ਇਸ ਪਵਿੱਤਰ ਰੂਹ ਵੱਲੋਂ ਸਜ਼ਾ ਦਿੱਤੀ ਜਾਏਗੀ। ਆਪਾਂ ਇਸ ਵਿਸ਼ੇ ਨੂੰ ਥੋੜ੍ਹਾ ਜਿਹਾ ਖੋਲ੍ਹ ਕੇ ਵਿਚਾਰਾਂਗੇ, ਥੋੜ੍ਹਾ ਜਿਹਾ ਸਮਝਣ ਦਾ ਪ੍ਰਯਾਸ ਕਰਾਂਗੇ, ਯਤਨ ਕਰਾਂਗੇ। ਪਹਿਲਾਂ ਤਾਂ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਪੁਰਾਣੇ ਸਮਿਆਂ ਦੇ ਵਿੱਚ ਆਪਾਂ ਸਾਫ਼ ਤੌਰ 'ਤੇ ਵੇਖ ਸਕਦੇ ਹਾਂ ਕਿਸ ਤਰ੍ਹਾਂ ਸਾਧ ਸੰਗਤ ਇੱਕ ਕਲਾ ਵਰਤੀ ਸੀ, ਕਿਸ ਤਰ੍ਹਾਂ ਇੱਕ ਕਲਾ ਵਰਤੀ ਜਿਸਨੇ ਕਿ ਹਰ ਇੱਕ ਨੂੰ ਹੈਰਾਨ ਕਰ ਦਿੱਤਾ, ਜਿਸਨੇ ਹਰ ਇੱਕ ਨੂੰ ਜਿਹੜਾ ਹੈ ਸੋਚਣ 'ਤੇ ਮਜਬੂਰ ਕਰ ਦਿੱਤਾ। ਪਹਿਲਾਂ ਜੋ ਇਤਿਹਾਸ ਹੈ ਉਹ ਆਪਾਂ ਸਾਰੇ ਜਾਣਦੇ ਹਾਂ, ਉਹ ਇਤਿਹਾਸ ਨੂੰ ਆਪਾਂ ਪੜ੍ਹਦੇ ਹਾਂ ਪਿਆਰਿਓ। ਉਸ ਇਤਿਹਾਸ ਦੇ ਵਿੱਚ ਲਗਭਗ ਆਪਾਂ ਇੱਕ ਚੀਜ਼ ਨੂੰ ਜ਼ਰੂਰ ਸਮਝੀਏ ਸਾਧ ਸੰਗਤ, ਕਿ ਜਿਹੜੇ ਮਸੰਦ ਸੀ, ਜਿਹੜੇ ਆਪਣੇ ਰਸਤੇ ਤੋਂ ਭਟਕ ਚੁੱਕੇ ਸੀ, ਆਪਣੇ ਰਸਤੇ ਤੋਂ ਥਿੜਕ ਚੁੱਕੇ ਸੀ, ਅਤੇ ਸਾਧ ਸੰਗਤ ਉਹਨਾਂ ਨੂੰ ਫਿਰ ਸਜ਼ਾ ਦਿੱਤੀ ਗਈ। ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ ਨੂੰ ਸਜ਼ਾ ਦਿੱਤੀ। ਉਹਨਾਂ ਨੂੰ ਇਸ ਕਰਕੇ ਸਜ਼ਾ ਦਿੱਤੀ ਸਾਧ ਸੰਗਤ, ਕਿਉਂਕਿ ਉਹ ਗੁਰੂ ਦੇ ਨਾਮ ਦਾ ਦੁਰਉਪਯੋਗ ਕਰਨ ਲੱਗ ਪਏ ਸਨ। ਗੁਰੂ ਦੇ ਨਾਮ ਦਾ ਦੁਰਉਪਯੋਗ ਉਹਨਾਂ ਲੋਕਾਂ ਨੇ ਖੁੱਲ੍ਹੇਆਮ ਕੀਤਾ, ਸ਼ਰੇਆਮ ਕੀਤਾ ਪਿਆਰਿਓ। ਉਹ ਇਸ ਕਰਕੇ ਕਿਉਂਕਿ ਉਹਨਾਂ ਲੋਕਾਂ ਨੂੰ ਇਸ ਗੱਲ ਦਾ ਜਿਹੜਾ ਹੈ ਉਹ ਪਤਾ ਨਹੀਂ ਸੀ, ਇਸ ਗੱਲ ਦਾ ਉਹਨਾਂ ਲੋਕਾਂ ਨੂੰ ਜਿਹੜਾ ਹੈ ਉਹ ਗਿਆਨ ਨਹੀਂ ਸੀ ਸਾਧ ਸੰਗਤ। ਉਹ ਲੋਕ ਹਲਕੇ ਦੇ ਵਿੱਚ ਇਸ ਚੀਜ਼ ਨੂੰ ਲੈ ਰਹੇ ਸੀ, ਹਲਕੇ ਦੇ ਵਿੱਚ ਉਹ ਲੋਕ ਇਸ ਚੀਜ਼ ਨੂੰ ਲੈ ਰਹੇ ਸੀ, ਕਿਉਂਕਿ ਉਹਨਾਂ ਨੂੰ ਸੰਗਤ ਦਾ ਪੈਸਾ ਖਾਣਾ ਚੰਗਾ ਲੱਗਦਾ ਸੀ, ਸੰਗਤ ਦੀਆਂ ਭੇਟਾਵਾਂ ਵਸਤੂਆਂ ਖਾਣੀਆਂ ਚੰਗੀਆਂ ਲੱਗਦੀਆਂ ਸੀ, ਸੰਗਤ ਦੇ ਨਾਲ ਹੀ ਧੋਖਾ ਕਰਨਾ। ਹੁਣ ਮੰਨ ਲਓ ਗੁਰੂ ਨੇ ਕਿਹਾ ਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਸਤਿਗੁਰੂ ਕਹਿੰਦੇ ਸੰਗਤ ਦੇ ਵਿੱਚ ਰੱਬ ਵੱਸਦਾ ਹੈ, ਸੰਗਤ ਹੀ ਪਰਮਾਤਮਾ ਹੈ, ਅਤੇ ਉਹਨਾਂ ਲੋਕਾਂ ਨੇ ਉਹ ਰੱਬ ਨਾਲ ਹੀ ਧੋਖੇ ਕਰਨੇ ਸ਼ੁਰੂ ਕਰ ਦਿੱਤੇ ਸਾਧ ਸੰਗਤ। ਹੁਣ ਸੰਗਤ ਜਿਹੜੀ ਹੈ ਕਈ ਪ੍ਰਕਾਰ ਦੀਆਂ ਚੀਜ਼ਾਂ ਲੈ ਕੇ, ਕੋਈ ਫਲ ਫਰੂਟ ਲੈ ਕੇ ਆਉਂਦਾ, ਕੋਈ ਦੇਸੀ ਘਿਓ ਲੈ ਕੇ ਆਉਂਦਾ, ਕੋਈ ਗੁਰੂ ਵਾਸਤੇ, ਗੁਰੂ ਕੇ ਦਰਬਾਰ ਵਾਸਤੇ ਗਲੀਚੇ ਲੈ ਕੇ ਆਉਂਦਾ, ਕੋਈ ਕੁਝ, ਕੋਈ ਕੁਝ, ਕੋਈ ਕੁਝ, ਅਤੇ ਉਹ ਜਿਹੜੀਆਂ ਚੀਜ਼ਾਂ ਸੀ ਉਹ ਛਾਂਟ ਛਾਂਟ ਕੇ ਆਪ ਰੱਖ ਲੈਂਦੇ ਸੀ, ਅਤੇ ਉਹ ਜਿਹੜੀਆਂ ਅੱਗੇ ਚੀਜ਼ਾਂ ਦੇਣੀਆਂ ਸੀ ਗੁਰੂ ਕੇ ਦਰਬਾਰ ਵਿੱਚ, ਉੱਥੇ ਉਹ ਚੀਜ਼ਾਂ ਪਹੁੰਚਦੀਆਂ ਨਹੀਂ ਸੀ। ਹੁਣ ਪਹਿਲਾਂ ਤਾਂ ਡਿਜੀਟਾਈਲੇਸ਼ਨ ਤਾਂ ਹੈ ਨਹੀਂ ਸੀ, ਇਹ ਹੁੰਦਾ ਸੀ ਵੀ ਸਾਲ 6 ਮਹੀਨੇ ਬਾਅਦ ਸੰਗਤ ਜਾਂਦੀ ਅਤੇ ਉੱਥੇ ਗੱਲਬਾਤ ਚੱਲਦੀ ਵੀ ਅਸੀਂ ਵਸਤੂ ਭੇਜੀ ਸੀ ਗੁਰੂ ਵਾਸਤੇ, ਇਹ ਪੁਸ਼ਾਕ ਭੇਜੀ ਅਸੀਂ, ਐਂ ਆਹ ਵਸਤੂਆਂ ਭੇਜੀਆਂ, ਆਹ ਚੀਜ਼ਾਂ ਦਿੱਤੀਆਂ, ਪਰ ਸਾਧ ਸੰਗਤ ਉਹ ਚੀਜ਼ਾਂ ਉੱਥੇ ਹੀ ਰੁਕ ਜਾਂਦੀਆਂ ਸੀ, ਪਰ ਉਹ ਚੀਜ਼ ਉੱਥੇ ਨਹੀਂ ਸੀ ਪਹੁੰਚੀ। ਉਹ ਕਹਿੰਦੇ ਵੀ ਇੱਥੇ ਤਾਂ ਕੋਈ ਚੀਜ਼ ਨਹੀਂ ਆਈ। ਸਤਿਗੁਰੂ ਨੇ ਮਸੰਦ ਥਾਪੇ ਹੋਏ ਸੀ ਵੀ ਜੇਕਰ
ਲੋੜ ਪੈਂਦੀ ਹੈ ਸੇਵਾ ਦੀ, ਇਕੱਠੀ ਕਰਦੀ ਹੈ ਸੰਗਤ, ਤਾਂ ਭਾਈ ਇਹਨਾਂ ਕੋਲੇ ਪਹੁੰਚਦੀ ਕਰ ਦਿੱਤੀ ਜਾਵੇ ਤਾਂ ਇਹ ਅਨੰਦਪੁਰ ਸਾਹਿਬ ਦੇ ਆਉਣਗੇ, ਇਹਨਾਂ ਕੋਲੇ ਆਉਣਗੀਆਂ ਚੀਜ਼ਾਂ। ਜਾਂ ਫਿਰ ਗੁਰੂ ਸਾਹਿਬ ਦੇ ਵੇਲੇ ਵੀ ਭਾਈ ਅੰਮ੍ਰਿਤਸਰ ਜਾਂ ਗੋਇੰਦਵਾਲ ਸਾਹਿਬ ਸੰਗਤ ਆਉਂਦੀ ਅਤੇ ਉੱਥੇ ਸਾਰੀਆਂ ਚੀਜ਼ਾਂ ਵਸਤੂਆਂ ਪਹੁੰਚ ਜਾਂਦੀਆਂ ਸੀ। ਉਹਨਾਂ ਦੇ ਵਿੱਚੋਂ ਬੜੇ ਸਹੀ ਸੀ ਆਪਣੇ ਅਸੂਲਾਂ 'ਤੇ, ਗੁਰੂ ਦੇ ਬਚਨ ਨੂੰ ਸੱਤ ਕਰਕੇ ਮੰਨਣ ਵਾਲੇ, ਪਰ ਆਖਿਰਕਾਰ ਦਸਵੇਂ ਜਾਮੇ ਦੇ ਵਿੱਚ ਉਹ ਮਸੰਦ ਜਿਹੜੀ ਸੀ ਉਹਨਾਂ ਦਾ ਰੂਪ ਵਿਗੜਿਆ 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 ਅਤੇ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਅਤੇ ਸੰਗਤ ਜਿਹੜੀ ਚੀਜ਼ਾਂ ਵਸਤੂਆਂ ਉਹਨਾਂ ਨੂੰ ਭੇਟ ਕਰਦੀ ਸੀ ਵੀ ਆਹ ਲਓ ਜੀ ਸਾਡੀ ਚੀਜ਼ ਵਸਤੂ ਜਿਹੜੀ ਹੈ ਉਹ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਪਹੁੰਚਾ ਦਿਓ, ਸਾਡੇ ਤੋਂ ਤਾਂ ਜਾ ਨਹੀਂ ਹੋਣਾ ਅਤੇ ਸਤਿਗੁਰੂ ਕਿਰਪਾ ਕਰਨਗੇ ਅਸੀਂ ਜ਼ਰੂਰ ਜਾਵਾਂਗੇ ਪਰ ਆ ਸਾਡੀ ਵਸਤੂ ਪਹੁੰਚ ਜਾਵੇ। ਜਿਵੇਂ ਹੁਣ ਅੱਜ ਕਣਕ ਜੀਰੀ ਆਪਾਂ ਇਕੱਠੀ ਕਰਦੇ ਹਾਂ ਅਤੇ ਹੋਰ ਚੀਜ਼ਾਂ ਵਸਤੂਆਂ ਮਾਇਆ, ਅਤੇ ਉਸ ਤਰ੍ਹਾਂ ਜਿਹੜੀਆਂ ਚੀਜ਼ਾਂ ਵਸਤੂਆਂ ਸੀ ਇਹ ਫੜਾ ਦਿੱਤੀਆਂ ਜਾਂਦੀਆਂ ਸੀ ਵੀ ਸਾਡੀ ਚੀਜ਼ ਪਹੁੰਚਦੀ ਕਰ ਦਿਓ ਜੀ। ਅਤੇ ਹੁਣ ਜਿਹੜੀਆਂ ਚੰਗੀਆਂ ਚੰਗੀਆਂ ਚੀਜ਼ਾਂ ਸੀ ਉਹ ਮਸੰਦ ਆਪਣੇ ਕੋਲ ਰੱਖ ਲੈਂਦੇ ਸੀ, ਆਪ ਹੀ ਛੱਕ ਛਕਾ ਲੈਂਦੇ ਸੀ, ਉਹ ਪਹੁੰਚਦੀ ਨਹੀਂ ਸੀ ਕਰਦੇ। ਹੁਣ ਇੱਕ ਗੱਲ ਯਾਦ ਰੱਖਿਓ, ਇੱਕ ਹਮੇਸ਼ਾ ਇਸ ਚੀਜ਼ ਨੂੰ ਧਿਆਨ ਵਿੱਚ ਰੱਖਿਓ, ਸਤਸੰਗਤ ਚੰਗੀਆਂ ਚੰਗੀਆਂ ਵਸਤੂਆਂ ਉਹ ਲੋਕ ਆਪ ਹੀ ਰੱਖ ਲੈਂਦੇ ਸੀ, ਉਹ ਪਹੁੰਚਦੀ ਨਹੀਂ ਸੀ ਕਰਦੇ। ਉਹ ਇਸ ਕਰਕੇ ਪਹੁੰਚਦੀ ਨਹੀਂ ਸੀ ਕਰਦੇ ਕਿਉਂਕਿ ਉਹਨਾਂ ਨੂੰ ਇਸ ਚੀਜ਼ ਦਾ ਪਤਾ ਸੀ, ਇਸ ਚੀਜ਼ ਬਾਰੇ ਉਹਨਾਂ ਨੂੰ ਗਿਆਨ ਸੀ ਕਿ ਇਹਨਾਂ ਨੇ ਕਿਹੜਾ ਕੁਛ ਬੋਲਣਾ, ਇਹਨਾਂ ਨੇ ਕਿਹੜਾ ਕੁਛ ਬੋਲਣਾ ਹੈ ਅਤੇ ਇਹਨਾਂ ਦਾ ਕੀ ਮਕਸਦ, ਇਹਨਾਂ ਦੀ ਕੀ ਮਜ਼ਾਲ ਹੈ ਵੀ ਇਹ ਲੋਕ ਬੋਲਣਗੇ, ਕਿਉਂਕਿ ਇਹਨਾਂ ਲੋਕਾਂ ਨੇ ਕਿਹੜਾ ਜਾਣਾ ਸੀ, ਅਤੇ ਇਹਨਾਂ ਲੋਕਾਂ ਨੇ ਨਾ ਹੀ ਜਾਣਾ ਅਤੇ ਇਹਨਾਂ ਲੋਕਾਂ ਦਾ ਨਾ ਹੀ ਕੋਈ ਸੁਣਵਾਈ ਹੋਣੀ ਹੈ, ਅਤੇ ਜੋ ਸਾਡੇ ਕੋਲ ਹੈ ਉਹ ਸਾਡੇ ਕੋਲ ਹੈ ਅਤੇ ਅਸੀਂ ਆਪਣੀ ਮਰਜ਼ੀ ਨਾਲ ਵਰਤਾਂਗੇ, ਅਸੀਂ ਆਪਣੀ ਮਰਜ਼ੀ ਨਾਲ ਖਾਵਾਂਗੇ, ਆਪਣੀ ਮਰਜ਼ੀ ਨਾਲ ਇਹ ਚੀਜ਼ਾਂ ਸਤਿਗੁਰ ਦੇ ਕੋਲ ਪਹੁੰਚਾਵਾਂਗੇ। ਅਤੇ ਇਹ ਗੱਲ ਉਹਨਾਂ ਦੇ ਦਿਮਾਗ ਦੇ ਵਿੱਚ ਹੁੰਦੀ ਸੀ, ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਹਮੇਸ਼ਾ ਹੁੰਦੀ ਸੀ। ਸੋ ਪਿਆਰਿਓ, ਪਰ ਇਹ ਗੱਲ ਯਾਦ ਰੱਖਿਓ ਵੀ ਉਹਨਾਂ ਲੋਕਾਂ ਨੇ ਜੋ ਕੀਤਾ ਫਿਰ ਉਹਦੀ ਸਜ਼ਾ ਦਿੱਤੀ ਗਈ। ਸਤਿਗੁਰ ਤੱਕ ਜਦੋਂ ਸ਼ਿਕਾਇਤਾਂ ਪਹੁੰਚੀ ਗਈਆਂ ਅਤੇ ਫਿਰ ਸਤਿਗੁਰ ਨੇ ਕਿਹਾ ਇਹਨਾਂ ਨੇ ਸੰਗਤ ਦਾ ਪੈਸਾ ਖਾਧਾ, ਸੰਗਤ ਦੇ ਨਾਲ ਧਰੋ ਕਮਾਇਆ ਅਤੇ ਸਜ਼ਾ ਤਾਂ ਫਿਰ ਬਣਦੀ ਹੈ। ਫਿਰ ਅਨੰਦਪੁਰ ਸਾਹਿਬ ਦੇ ਵਿੱਚ ਤੱਤੇ ਤੇਲ ਦੇ ਕੜਾਹੇ ਬਣਾਏ ਗਏ ਅਤੇ ਪਿਆਰਿਓ ਉਹਨਾਂ ਮਸੰਦਾਂ ਨੂੰ ਚੱਕ ਚੱਕ ਕੇ ਵਿੱਚ ਸੁੱਟਿਆ, ਵਿੱਚ ਸਾੜਿਆ। ਅਤੇ ਮੈਂ ਕਹਿੰਦਾ ਜਿਹੜੇ ਹਿਸਾਬ ਨਾਲ ਅੱਜ ਦੇ ਹਾਲਾਤ ਨੇ ਅਤੇ ਉਹ ਚੀਜ਼ ਦੁਬਾਰਾ ਤੋਂ ਹੋਣੀ ਚਾਹੀਦੀ ਹੈ, ਜਿਹੜੇ ਹਿਸਾਬ ਨਾਲ ਅੱਜ ਦੇ ਹਾਲਾਤ ਨੇ ਉਹ ਚੀਜ਼ ਦੁਬਾਰਾ ਹੋਣੀ ਚਾਹੀਦੀ ਹੈ, ਉਹ ਚੀਜ਼ ਦੀ ਦੁਬਾਰਾ ਲੋੜ ਹੈ, ਮੰਗ ਹੈ ਉਹ ਚੀਜ਼ ਦੀ, ਉਹ ਚੀਜ਼ ਜਿਹੜੀ ਹੈ ਦੁਬਾਰਾ ਤੋਂ ਹੋਵੇ, ਉਹ ਚੀਜ਼ ਦੀ ਲੋੜ ਹੈ ਸਾਧ ਸੰਗਤ, ਉਹ ਚੀਜ਼ ਦੀ ਖਾਸ ਕਰਕੇ ਲੋੜ ਹੈ, ਉਹ ਚੀਜ਼ ਦੀ ਇਸ ਕਰਕੇ ਲੋੜ ਹੈ ਸਾਧ ਸੰਗਤ ਕਿਉਂਕਿ ਉਹ ਚੀਜ਼ ਜਿਹੜੀ ਹੈ ਅੱਜ ਉਸਦੀ ਜ਼ਰੂਰਤ ਹੈ, ਅੱਜ ਜ਼ਰੂਰਤ ਹੈ ਉਸਦੀ ਪਿਆਰਿਓ, ਅੱਜ ਉਸਦੀ ਜ਼ਰੂਰਤ ਤਾਂ ਕਰਕੇ ਹੈ ਕਿਉਂਕਿ ਅੱਜ ਦੇ ਜਿਹੜੇ ਹਾਲਾਤ ਹੋ ਗਏ, ਅੱਜ ਦੇ ਹਾਲਾਤ ਜਿਹੜੇ ਨੇ ਉਹ ਇਹੋ ਹੀ ਮੰਗ ਕਰਦੇ ਨੇ ਕਿਉਂਕਿ ਸਾਡੇ ਲੋਕਾਂ ਨੇ ਅੱਜ ਇਹੋ ਹੀ ਕੰਮ ਜਿਹੜਾ ਹੈ ਉਹ ਚਲਾ ਰੱਖਿਆ ਹੈ, ਜਿੰਨੇ ਲੀਡਰ ਹੋ ਗਏ ਪੰਥ ਦੇ ਨਾਂ 'ਤੇ ਆਹ ਕਰਤਾ ਉਹ ਕਰਤਾ, ਗੁਰੂ ਦੀਆਂ ਬੇਅਦਬੀਆਂ ਤੱਕ ਕਰਵਾਤੀਆਂ ਪਾਪੀ ਬੰਦਿਆਂ 'ਤੇ ਲੀਡਰਾਂ ਨੇ, ਸਾਧ ਸੰਗਤ ਉਹਨਾਂ ਪਵਿੱਤਰ ਰੂਹਾਂ ਨੇ ਇਹਨਾਂ ਲੋਕਾਂ ਨੂੰ ਸਜ਼ਾ ਦੇਣੀ ਹੈ। ਯਾਦ ਰੱਖਿਓ, ਅੱਜ ਜਿਹੜੇ ਲੋਕ ਕਹਿੰਦੇ ਵੀ ਸੱਤਾ 'ਚ ਨਹੀਂ ਅਸੀਂ ਆਉਂਦੇ, ਹਾਲੇ ਤੁਸੀਂ ਸੱਤਾ 'ਚ ਨਹੀਂ ਆਉਂਦੇ ਕਿਉਂਕਿ ਤੁਸੀਂ ਤਾਂ ਗੁਰੂ ਦੇ ਨਾਮ 'ਤੇ ਠੱਗੀਆਂ ਮਾਰੀਆਂ, ਪੰਥ ਦੀ ਪਿੱਠ ਦੇ ਵਿੱਚ ਛੁਰੇ ਮਾਰੇ, ਤੁਸੀਂ ਲੋਕ ਸੱਤਾ ਦੇ ਵਿੱਚ ਰਹਿ ਕੇ ਵੀ ਗੁਰੂ ਨੂੰ ਇਨਸਾਫ ਨਹੀਂ ਦਿਵਾ ਸਕੇ, ਕੀ ਫਾਇਦਾ ਤੁਹਾਡੀ ਸੱਤਾ ਦਾ।
ਤੇ ਤੁਸੀਂ ਤੇ ਬੇਅਦਬੀਆਂ ਕਰਵਾਈਆਂ, ਇਨਸਾਫ ਮੰਗ ਰਹੀ ਸੰਗਤ ਤੇ ਤੁਸੀਂ ਗੋਲੀਆਂ ਤੱਕ ਚਲਵਾ ਦਿੱਤੀਆਂ। 328 ਸਰੂਪ ਗਾਇਬ ਹੋਏ ਤੇ ਉਹਨਾਂ ਦਾ ਜਦੋਂ ਹਿਸਾਬ ਮੰਗਿਆ ਜਾਂਦਾ ਹੈ, ਤੁਸੀਂ ਉਹਨਾਂ ਸੰਗਤ ਦੇ ਉੱਤੇ ਡਾਂਗਾਂ ਭਰਾ ਦਿੱਤੀਆਂ ਤੇ ਸਾਧ ਸੰਗਤ, ਇਹ ਕਿੱਥੋਂ ਦਾ ਇਨਸਾਫ ਹੈ? ਤੁਸੀਂ ਲੋਕਾਂ ਦਾ ਛੁਟਕਾਰਾ ਨਹੀਂ ਹੋ ਸਕਦਾ। ਇਹੋ ਜਿਹੀ ਕਲਾ ਦੁਬਾਰਾ ਵਰਤੇਗੀ ਕੜਾਹਿਆਂ 'ਚ ਤੇਲ ਪਾ ਕੇ ਸਾੜਨ ਵਾਲੀ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਗੁਰੂ ਘਰ ਦਾ ਪੈਸਾ ਖਾਧਾ ਹੋਇਆ ਤੇ ਹਲੇ ਖਾ ਰਹੇ ਨੇ ਤੇ ਹਲੇ ਹੋਰ ਖਾਣਾ। ਯਾਦ ਰੱਖਿਓ ਵੀ ਸਮੇਂ ਸਮੇਂ 'ਤੇ ਸਾਰਾ ਕੁਛ ਇਸੇ ਤਰ੍ਹਾਂ ਨਿਕਲਦਾ ਜਾਏਗਾ। ਇੱਥੇ ਬਚਾਉਣਾ ਨਹੀਂ ਕਿਸੇ ਨੇ, ਇਹ ਸੰਗਤ ਦਾ ਪੈਸਾ ਹੈ, ਇਹ ਦੁੱਗਣਾ ਹੋ ਕੇ ਨਿਕਲੇਗਾ। ਪਰ ਸਾਡੇ ਲੋਕ ਕੁਝ ਸਮਝ ਗਏ, ਉਹਨਾਂ ਨੂੰ ਪਤਾ ਲੱਗ ਗਿਆ ਵੀ ਕੰਮ ਗਲਤ ਹੈ, ਵੀ ਇਹ ਨਹੀਂ ਹੋਣਾ, ਆਪਾਂ ਨਹੀਂ ਕਰਨਾ ਅੱਜ ਤੋਂ ਬਾਅਦ। ਉਹਨਾਂ ਨੇ ਹੱਥ ਹੀ ਜੋੜਤੇ ਵੀ ਸਾਡੇ ਤੋਂ ਨਹੀਂ ਹੋਣਾ, ਨਾ ਅਸੀਂ ਕਰਨਾ, ਇਹੋ ਜਿਹੇ ਪੈਸੇ ਦੀ ਲੋੜ ਨਹੀਂ, ਅਸੀਂ ਖੁਸ਼ ਹਾਂ ਜਿੰਨਾ ਸਾਡੇ ਕੋਲ ਆ। ਕਈ ਵਾਲੇ ਵੀ ਨਹੀਂ ਸਮਝ ਰਹੇ, ਦਿਮਾਗ ਖਰਾਬ ਹੋਇਆ ਪਿਆ ਸੰਗਤ ਦਾ ਪੈਸਾ ਦੇਖ ਦੇਖ ਕੇ। ਸੋ ਪਿਆਰਿਓ, ਇਹ ਸਮਾਂ ਜ਼ਰੂਰ ਆਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।